ਹੋਏਗਾ। ਅੱਜ ਦੀ ਮੀਟਿੰਗ 3 ਵਜੇ ਮੀਟਿੰਗ ਰੱਖੀ ਗਈ ਹੈ। 32 ਜਥੇਬੰਦੀਆਂ ਅੱਜ ਸਰਕਾਰ ਦੇ ਨਾਲ ਮੀਟਿੰਗ ਕਰੂਗੀ ਔਰ 13 ਤਰੀਕ ਦੇ ਮੀਟਿੰਗ ਦੇ ਵਿੱਚ ਜਿਹੜੀ ਕੋਕ ਹੋਈ ਸੀਗੀ ਜਥੇਬੰਦੀਆਂ ਨੇ ਆਪਦੀ ਗੱਲ ਰੱਖੀ ਸੀ, ਸਰਕਾਰ ਨੇ ਆਪਦੀ ਗੱਲ ਰੱਖੀ ਸੀ, ਉਹਦੇ ਵਿਚਾਰ ਵਟਾਂਦਰਾ ਸਰਕਾਰ ਨੇ ਕਰ ਲਿਆ ਔਰ ਅੱਜ ਜਿਹੜੀ ਹੈ ਮੀਟਿੰਗ ਜਿਹੜੀ ਹੈ 3 ਵਜੇ ਹੋ ਰਹੀ ਹੈ। ਉਹਦੇ ਵਿੱਚ ਹੱਲ ਜਿਹੜਾ ਹੈ 100% ਹੱਲ ਜਿਹੜਾ ਅੱਜ ਨਿਕਲ ਜਾਏਗਾ। ਬਾਏ ਦੇ ਵਿੱਚ ਨਹੀਂ ਨਿਕਲਿਆ ਤਾਂ ਇੱਕ ਦਿਨ 2-4 ਦਿਨਾਂ ਦੇ ਬਾਅਦ ਕੋਈ ਮੀਟਿੰਗ ਹੋਰ ਬੁਲਾ ਕੇ ਉਹਦੇ ਵਿੱਚ ਕਰ ਦਿੱਤਾ ਜਾਏਗਾ। ਔਰ ਮੇਰੀ ਪ੍ਰਾਰਥਨਾ ਹੈ ਪਰਮਾਤਮਾ ਤੋਂ, ਬਾਬੇ ਨਾਨਕ ਜੀ ਤੋਂ, ਕਿ ਲੋਕ ਜਿਹੜੇ ਇੱਥੇ ਸਾਡੇ ਆਏ, ਕਿਸਾਨ ਮਜ਼ਦੂਰ ਆਏ, ਜਿੰਨੇ ਵੀ ਆਏ ਨੇ, ਸਾਰੇ ਆਪਣੇ ਆਪਣੇ ਘਰਾਂ 'ਚ ਬੜੇ ਸੁੱਖ ਸਵਾਲੇ ਜਾਣ, ਕਿਸੇ ਨੂੰ ਤੱਤੀ ਵਾਹ ਵੀ ਨਾ ਲੱਗੇ।